ਫਟੇ ਹੁਣ ਆਪਣੀ ਗੱਡੀ ਹੋ ਪੱਕਾ ਉਹ ਲੈਂਬੋ ਆ ਉਹ ਲੈਂਬੋ ਲੈਂਬੋ ਕੰਪਨੀ ਗਰੀਬ ਆਦਮੀ ਇੱਕ ਗੋਲੀ ਖਾ ਕੇ ਮਰ ਗਿਆ ਲੈਂਬੋ ਦੇ ਗਿਆ ਕਰਨ ਕੋ ਚੱਲ ਚਲਾਈਏ ਭਾਈ ਚੱਲ ਤੇਰਾ ਸਮਾਨ ਤਾਂ ਕੁਛ ਨਹੀਂ ਸੀ ਬਟ ਲੈਂਬੋ ਸੀ ਓ ਮਾਈ ਗੋਡ ਹੱਦੋਂ ਵੀ ਮਤਲਬ ਦੇਖਾ ਇਹਦੇ ਨਾਲ ਹੇਅਰ ਦਿਸ ਬੇਬੀ ਓ ਮਾਈ ਗੋਡ ਇਹਦੇ ਨਾਲ ਪਤਾ ਕੀ ਪਤਾ ਲੱਗਦਾ ਹੈ ਬੰਦਾ ਪੈਸੇ ਤਾਂ ਬਹੁਤ ਕਮਾ ਲੈਂਦਾ ਪਰ ਦੋਸਤ ਪਿੱਛੇ ਰਹਿ ਜਾਂਦੇ ਨੇ ਵਿਚਾਰਾ ਇਕੱਲਾ ਹੀ ਸੀਗਾ ਦੇਖ ਲਓ ਪਾਪਾ ਕੀ ਲੈਂਬੋਰਗਿਨੀ ਹੈ ਓਏ ਬਸ ਕਰਨ ਕੋਲੇ ਆ ਗਈ ਹੁਣੇ ਆਟੋ ਬਣ ਜਾਣੀ ਹੈ ਓ ਗੋਡ ਓ ਓ ਹੋਲਡ ਮੀਟ ਤੈਨੂੰ ਇੰਨੀ ਪਿਆਰੀ ਹੈ ਪਾਪਾ ਲੋ ਯਾਰ ਕੋਈ ਸਪਾਂਸਰ ਕਰੋ ਮੁੰਡੇ ਨੂੰ ਯਾਰ ਅੱਧੇ ਯੂਸੀ ਮੈਂ ਸਪਾਂਸਰ ਕਰਦਾ ਅੱਧੇ ਤੁਸੀਂ ਕਰੋ ਹਾਂ ਅੱਧੇ ਮੈਂ ਕਰ ਦਿੰਦਾ ਆਪਦੇ ਆਪ ਨੂੰ ਸਪਾਂਸਰ ਕਰ ਦਿੰਦਾ ਮੈਂ ਹਾਂ ਤਰਨ ਦੇਖ ਕੇ ਲਾਈ ਗੱਡੀ ਲੈਂਬੋ ਦੇਖ ਕੇ ਨਾ ਮੈਂ ਤਾਂ ਚਲਾਉਂਗਾ ਬਸ ਆਈ ਡੋਨਟ ਕੇਅਰ ਜਾਈ ਜੋ ਮਰਜ਼ੀ ਆਵੇ ਉਹ ਗੱਡੀ ਓਪਨ ਚ ਖੜੀ ਸੀ ਕਿੰਨੀ ਕਿੰਨੀ ਉਹ ਹੈ ਲਾਈਟ ਤੂੰ ਵੀ ਚਲਾਉਣੀ ਸੜਕ ਤੇ ਚਲਾਉਣਾ ਹੈ ਲਾਈਟ ਵੇਟ ਕਿੰਨੀ ਲਾਈਟ ਵੇਟ ਹੈ ਇੱਥੇ ਫਸ ਜਾਣੀ ਕਿਤੇ ਆਏ ਬਾਬਾ ਦੇਖੋ ਤਾਂ ਲੁੱਕ ਐਟ ਦਿਸ ਬੇਬੀ ਲੁੱਕ ਐਟ ਦਿਸ ਬੇਬੀ ਭਾਈ ਲੋ ਹਾਰ ਤੇ ਵਾਪਸ ਨੂੰ ਆਏ ਮੇਰੀ ਲੈਂਬੋ ਕੋ ਛੂਨਾ ਵੀ ਮਤ ਕੋਈ ਨਹੀਂ ਛੂ ਸਕਦਾ ਨਹੀਂ ਯਾਰ ਪੇੜੀ ਲੈ ਪੇੜਨਾ ਤਾਂ ਘਰ ਚ ਲਾ ਗੱਡੀ ਕੋਈ ਆਪਣੀ ਗੱਡੀ ਲੈ ਕੇ ਭੱਜ ਜੂਗਾ ਇੰਨਾ ਯਾਦ ਰੱਖੀ ਲਾ ਲਾ ਉਰੇ ਲਾ ਨਾ 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 ਮੈਂ ਨਹੀਂ ਲੋਕੇਸ਼ਨ ਕਿੱਥੇ ਕਿੱਥੋਂ ਇਹ ਮਿਲ ਗਈ ਬਸ ਦੇਖੋ ਮੈਂ ਨਹੀਂ ਕਿਤਨਾ ਛਾਇਆ ਮੈਂ ਤਾਂ ਆਪਦੇ ਕੋਲ ਆ ਕੋਈ ਗਲਿਚ ਹੈ ਲੈਂਬੋ ਮੇਰੇ ਮੈਚ ਵਿੱਚ ਵੀ ਅੱਛਾ ਪਰ ਲੈਂਬੋ ਸਾਰੇ ਕੋਲੇ ਹੈ ਗਰੀਬਾਂ ਨੇ ਵੀ ਲੈ ਰੱਖੀ ਹੈ ਠੀਕ ਹੈ ਹਰ ਇੱਕ ਬੰਦੇ ਕੋਲੇ ਹੈ ਲੈਂਬੋ ਠੀਕ ਹੈ ਲੈ ਲੈ ਕਰਨ ਕਨਫਰਮ 10000 ਯੂਸੀ ਲੱਗੂ ਉਹ ਤਾਂ ਪਤਾ ਹੀ ਹੈ ਖੋਲਣੀ ਹੈ ਤੇ ਮੁੜ ਕੇ ਬੰਦ ਨੀ ਕਰਨੀ ਚੱਲ ਮੈਂ ਤਾਂ ਮੂੰਹ ਖੋਲਦਾ M2 ਖੋਲਣ ਦਾ ਇੱਥੇ ਮਰਾਂਗੇ ਆਪਾਂ ਮਾਰਾਂਗੇ ਕਿੱਥੇ ਨੇ ਬੰਦੇ ਬੰਦੇ ਕਿੱਥੇ ਨੇ ਸਾਹਮਣੇ ਨੇ ਅਰੇ ਮੈਂ ਲੈਂਬੋ ਸੇਫ ਲਾਣਾ ਫਿਰ ਉੱਪਰ ਚੱਲਣਾ ਰੇਜੀ ਤੇ ਇੱਥੇ ਕਿੱਥੇ ਸੇਵ ਕਰੀਏ ਕਰਨਾ ਇਹ ਤਾਂ ਓਪਨ ਬਹੁਤ ਹੈ ਕਵਰ ਨੂੰ ਜਗ੍ਹਾ ਨਹੀਂ ਲੈਂਬੋ ਦੇ ਚੱਕਰ 'ਚ ਮੈਂ ਲੈਂਬੋ ਹੀ ਫੋੜ ਦੇਣੀ ਐਂਡ 'ਚ ਉਹ ਬੱਗੀ ਲੈ ਕੇ ਨਿਕਲ ਗਿਆ ਉਹ ਚੱਲ ਚੱਲ ਕਰ ਗੱਡੀ ਚੱਕ ਕੇ ਪਿੱਛੇ ਚੱਲਣਾ ਨਹੀਂ 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 ਲੈਂਬੋ ਨਹੀਂ ਮੈਂ ਲੈਂਬੋ ਰੋਡੇ ਚ ਨਹੀਂ ਬੋਦਾ ਉਹ ਨਹੀਂ ਲੈਂਬੋ ਨੂੰ ਲੈ ਕੇ ਉੱਥੇ ਚੱਲਣਾ ਸਾ ਮਤਲਬ ਕਿਸੇ ਬਿਲਡਿੰਗ 'ਚ ਬਚੀ ਰੋਡ ਮੈਂ ਗੈਸ ਕਰਨਾ ਹੈਗਾ ਨਹੀਂ ਹੈਗਾ ਫਿਰ ਲੈਂਬੋ ਓਏ ਲੁੱਕ ਐਟ ਦਿਸ ਬੇਬੀ ਪਾਪਾ ਦੇਖੋ ਅੰਦਰੋਂ ਐਪੀ ਵਿੱਚੋ 10000 ਹਾਂ 10000 ਨਹੀਂ 1 ਲੱਖ ਉਹ ਕੀ ਬਾਤ ਹੈ ਪਾਪਾ ਐਪੀ ਵਿੱਚ ਜਾ ਕੇ ਇਹਨੂੰ ਇੱਕ ਵਾਰ ਦੇਖੋਗੇ ਦੇਖ ਲਈ ਘੈਂਟ ਹੈ ਹੇ ਅੰਦਰੋਂ ਦੇਖੋ ਲੁੱਕ ਐਟ ਮੈਨੂੰ ਨਹੀਂ ਆ ਰਹੀ ਕੋਈ ਕੁਝ ਜ਼ਿਆਦਾ ਹਾਂ ਹਾਂ ਤੁਹਾਨੂੰ ਤਾਂ ਕਿਉਂ ਆਊਗਾ ਕਿਤੇ ਉਹ ਮੇਰੇ ਵਾਂਗੂ ਤੁਹਾਨੂੰ ਕਿਰਿਓਸਿਟੀ ਨਹੀਂ ਬਚੀ ਨਾ ਹੁਣ ਉਹ ਚੱਲ ਠੀਕ ਹੈ ਤੁਹਾਡੇ ਵਿੱਚ ਕਿਰਿਓਸਿਟੀ ਨਹੀਂ ਬਚੀ ਨਾ ਮੇਰੇ ਵਿੱਚ ਬਚੀ ਹੈ ਅਜੇ ਵੀ ਕਿਉਂਕਿ ਬੱਚਾ ਯਾਰ ਦੇਖ ਭਾਈ ਉਹ ਮਾਈ ਗੋਡ ਦੇਖ ਆਪਾਂ ਉਹ ਸਾਹਮਣੇ ਬੰਦਾ ਚੱਲ ਦੱਸ ਦੇ ਚੱਲ ਮਾਰੋ ਚੱਲ ਚੱਲ ਕੁਮਾ ਗੋਲ ਕੁਮਾ ਗੋਲ ਕੁਮਾ ਗੋਲ ਕੁਮਾ ਮਾਰੋ ਲੇਟ ਗਿਆ ਉਹ ਮਾਰੋ ਨੇੜੇ ਲਾ ਗੱਡੀ ਸਾਹਮਣੇ ਲਾ ਗੱਡੀ ਥੋੜਾ ਨਹੀਂ ਮੈਂ ਉਹਨੇ ਗੱਡੀ ਨੂੰ ਗੋਲੀ ਮਾਰੀ ਅੱਛੀ ਤੁਸੀਂ ਰੁਕ ਰੁਕ ਕੇ ਰੁਕ ਕੇ ਰੁਕ ਓਏ ਗੋਡ ਇਹ ਸੀ ਤੇ ਸੀ ਮੇਰੀ ਗੱਡੀ ਇਹ ਕਿੰਨੀ ਐਕਸਪੈਂਸਿਵ ਕਾਰ ਹੈ ਪਾਗਲ ਜੇ ਆ ਲੋ ਪਾ ਹੇਅਰ ਦਿਸ ਯੂ ਹੇਅਰਿੰਗ ਦਿਸ ਗੱਡੀ ਆ ਰਹੀ ਹੈ ਤੁਹਾਨੂੰ ਤੇਰੇ ਸਾਹਮਣੇ ਆ ਰਿਹਾ ਕਿ ਅੰਦਰ ਆ ਮਾਰ ਮਾਰ ਮਾਲੇ ਮਾਰ ਮੈਂ ਇੱਧਰ ਦੇਖ ਰਿਹਾ ਤੂੰ ਉਧਰਲੀ ਸਾਈਡ ਦੇਖ ਆ ਗਿਆ ਅੱਗੇ ਜਾ ਦਿਆਂ ਚੱਲ ਉਧਰ ਆ ਲੈ ਯਾਰ ਕੱਲਾ ਹੀ ਆਇਆ ਸੀ ਇਹ ਯਾਰ ਮੈਂ ਮੈਂ ਕਾਰ ਸੀ ਆਈ ਚਿੰਤੀ ਪਾਈ ਉਹ ਹਾਰਨ ਮਾਰਦੀ ਹੈ ਹਾਰਨ ਥਿਸ ਇਸ ਗੋਟ ਆਟ ਹਾਰਨ ਦੇਖੋ ਫਿਰ ਜ਼ੋਨ ਵਾਈਜ਼ ਚੱਲ ਬੱਚੇ ਕੰਦੇ ਅੰਡ ਤੇ ਨਿਕਲ 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 ਰੁਕੀ ਨਾ ਸੀ ਗੱਡੀ ਲੈ ਕੇ ਚੱਲ ਤੂੰ ਮਿਲਟਾ ਜਿਪ ਚਿਕਨ ਕਰ ਫੇੜਦੇ ਆ
ਭਿੜ ਜਾਂਦਾ ਗੱਡੀ ਮੈਂ ਸੇਫ ਲਾਉਣਾ ਉਤਰੀ ਕਿਆ ਮਜ਼ਾ ਆਇਆ ਚਲਾ ਕੇ ਪਰ ਗੱਡੀ ਉਸੇ ਸੇਫ ਸੀ ਵੈਸੇ ਅੱਛਾ ਮੈਂ ਗੜਬੜ ਕਰਤੀ ਕਿੱਥੋਂ ਗੋਲੀ ਕਿੱਥੋਂ ਮਾਰੀ ਇਹਨੇ ਆਪਣੇ ਮੂਰੋਂ ਚੱਲ ਠੀਕ ਹੈ ਤੁਸੀਂ ਤੁਸੀਂ ਵੀ ਸਹੀ ਲਾਈ ਤੁਸੀਂ ਵੀ ਸਹੀ ਨਹੀਂ ਆਪਣੇ ਮੂਰੋਂ ਇਹ ਕੀ ਗੱਲ ਬਣੀ ਤੁਸੀਂ ਸਹੀ ਲਾਈ ਹੈ ਠੀਕ ਹੈ ਨੰਬਰ ਨੰਬਰ ਬੋਲਦੇ ਆ ਆ ਇਧਰੋਂ ਮਾਰੀ ਮਾਰਕ ਟੂ ਲੋਕੇਸ਼ਨ ਆ ਵਾਲੇ ਘਰ ਤੋਂ ਆਈ ਥਿੰਕ ਲੱਗਿਆ ਮਾਰਕ ਟੂ ਲੋਕੇਸ਼ਨ ਹਾਂ ਗੱਡਾ ਦੇਖੋ ਰੇ ਕੀ ਖੜਾ ਮਾਰਕ ਟੂ ਵੇਹੀਕਲ ਪਤਾ ਨਹੀਂ ਇਹ ਇਹ ਹੋਇਆ ਗਲਾਈਡਰ ਅੱਛਾ ਗਲਾਈਡਰ ਗਲਾਈਡਰ ਹੈ ਕੋਣ ਆਉਂਦਾ ਯਾਰ ਕਿ ਮੈਂ ਲੱਤਾਂ ਬਾਹਾਂ ਇਕੱਠੀ ਕਰਕੇ ਗਲਾਈਡਰ ਸੁੱਟੇ ਆਸ ਵੀ ਆਸ ਆਸ ਵੀ ਲਿਆ ਰਾਇ ਡਿਕਾਰ ਵੀ ਉਸ ਟਾਈਮ ਮਾਰ ਲਿਆ ਤੂੰ ਤਾਂ ਮਲਟੀ ਟਾਸਕਿੰਗ ਹੈ ਕੁਝ ਵੀ ਕਰ ਸਕਦਾ ਤਿੰਨ ਚਾਰ ਕੰਮ ਇਕੱਠੀ ਉਹ ਮਾਰ ਸੀ ਤਰਕਿਆ ਦੀ ਮੁੰਡੀ ਦਿਖਾ ਯਾਰ ਬਾਈ ਪਲੀਜ਼ ਦਿਖਾ ਦੇ ਇੱਕ ਵਾਰ ਦਿਖਾ ਦੇ ਯਾਰ ਆਮ ਬਿਗ ਫੈਨ ਬ੍ਰੋ ਯਾਰ ਸਾਨੂੰ ਪਤਾ ਨਹੀਂ ਲੱਗਿਆ ਤੂੰ ਕਿੱਥੇ ਦਿਖਾ ਸ਼ਕਲ ਭਾਈ ਇੱਥੇ ਆ ਉਹ ਸੀ ਮੈਨੂੰ ਪਤਾ ਮੈਨੂੰ ਮਾਰਕ ਟੂ ਲੋਕੇਸ਼ਨ ਯਾਰ ਬਿਗ ਫੈਨ ਬ੍ਰੋ ਯਾਰ ਇੱਕ ਵਾਰ ਮੁੰਡੀ ਦਿਖਾ ਦੇ ਬਿਗ ਫੈਨ ਬਾਈ ਬਿਗ ਫੈਨ ਇਹਦੇ ਪਿੱਛੇ ਆਏ ਤੱਕ ਮੂਵ ਆਊਟ ਨਹੀਂ ਕਰਿਆ ਉਹ ਬਾਈ ਬਿਗ ਫੈਨ ਯਾਰ ਓ ਯਾਰ ਮੂੰਹ ਦਿਖਾ ਦੇ ਕਰ ਕੰਨ ਉੱਪਰ ਜਾਊਗਾ ਉਹ ਆ ਕੀ ਹੈ ਅਬ ਤੂੰ ਕਿਉਂ ਨਹੀਂ ਮਾਰ ਲਿਆ ਮਜ਼ਾਕ ਹੈ ਟਾਈਮ ਕਰ ਰਿਹਾ ਸੀ ਉਹ ਕਰ ਰਿਹਾ ਸੀ ਨਹੀਂ ਨੇੜ ਨਾਲ ਕੈਚ ਕੈਚ ਖੇਡ ਰਿਹਾ ਸੀ ਗੱਡੀ ਲੈ ਕੇ ਚੱਲੀ ਇਹਨਾਂ ਦੇ ਪਿੱਛੇ ਨਹੀਂ 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 ਮੈਂ ਆਪਦੀ ਗੱਡੀ ਨੂੰ ਡੇਂਜਰ ਚ ਨਹੀਂ ਪਾਊਂਗਾ ਇੱਥੇ ਮਾਰੂੰਗਾ ਐਸੀ ਤੈਸੀ ਪਾਪਾ ਤੁਹਾਨੂੰ ਪਤਾ ਵੀ ਇਹ ਲੰਬੋਰਗਿਨੀ ਕਿੰਨੀ ਆਤਮ ਦੀ ਹੈ ਹੈ ਜੇ ਹੁਣ ਤੁਸੀਂ ਦੇ ਦੋਗੇ ਤਾਂ ਮੈਂ ਕਰਨਾ ਹੈ ਬਾਬਾ ਪਾਪਾ ਜੇ ਤੁਸੀਂ ਦੇ ਦੋਗੇ ਸੱਚੀ ਮੈਂ ਗੁੱਸਾ ਨਹੀਂ ਕਰੂੰਗਾ ਯੋ 63 ਕੇ ਬਾਅਦ ਉਹ ਨਹੀਂ ਸੀ ਬਾਈ ਕਹਿੰਦੇ ਨੇ ਬਾਈ ਤੈਨੂੰ ਐਡਵਾਂਸ ਕਹਿ ਰਹੇ ਨੇ ਵਿਕਰਨ ਤਾਂ ਹੋ ਹੀ ਜਾਣੇ 63000 ਨਹੀਂ ਜੇ ਆਪਾਂ ਇੰਗਲਿਸ਼ ਸਟ੍ਰੀਮ ਕਰੀ ਤਾਂ ਹੋ ਹੀ ਸਕਦਾ ਅੰਗਰੇਜ਼ੀ ਕਰ ਕੀ ਰਿਹਾ ਆਪਦੇ ਵਿਹੜੇ 'ਚ ਹੀ ਬੰਬ ਸੱਟੀ ਜਾਂਦਾ ਚੱਲ ਇਹ ਆਪਾਂ ਨੂੰ ਦਿਖਾ ਰਿਹਾ ਵੀ ਮੈਂ ਸਿਰੇ ਦਾ ਨਵਾਂ ਪਲੇਅਰ ਹਾਂ ਤੇ ਮੈਨੂੰ ਪੁਰਾਣਾ ਮੈਂ ਉਹ ਪਤਾ ਕਿ ਆਪਾਂ ਜਾਵਾਂਗੇ ਤਾਂ ਆਪਣਾ ਇਹ ਤੁਸੀਂ ਕਰ ਦੇਣੀ ਹੈ ਹੈਗਾ ਹੱਤ ਪਲੇਅਰ ਆਪਾਂ ਵੀ ਦੂਸਰ ਸਮੋਕ ਛੱਡ ਦਿੰਦੇ ਉਹਨੂੰ ਲੱਗੂਗਾ ਵੀ ਇਹ ਵੀ ਨਵੇਂ ਨੇ ਵਾਈ ਪਾਪਾ ਕੁਛ ਵੀ ਕਰਨੋ ਤੇ ਧਿਆਨ ਰੱਖ ਰਹੇ ਨੇ ਲੈਂਪੋ ਦੇਖ ਲਈ ਮਾਰਕ ਟੂ ਲੋਕੇਸ਼ਨ ਨਹੀਂ ਇੱਧਰ ਕੋਈ ਨਹੀਂ ਹੈਗਾ ਕੋਈ ਕਿਸੇ ਹੋਰ ਖਿੜਕੀ ਤੇ ਧਿਆਨ ਰੱਖੀ ਸੀ ਮੋਸੇ ਜਗ੍ਹਾ ਧਿਆਨ ਨਾ ਰੱਖੀ ਪਾਪਾ ਉਹਨੇ ਲੈਂਪੋ ਦੇਖ ਲਈ ਹੁਣ ਤਾਂ ਉਸ ਲੈਂਪੋ ਨਾਲ ਇਹ ਪਤਾ ਲੱਗਦਾ ਵੀ ਪੈਸਾ ਹੈ ਪੈਸਾ ਵੀ ਹੈ ਨਾਲੇ ਪ੍ਰੋ ਵੀ ਹੈ ਬੰਦਾ ਨਹੀਂ ਸਕਿੱਲ ਨਾਲ ਥੋੜੀ ਲੈਂਪੋ ਮਿਲਦੀ ਹੈ ਕਿਤੇ ਹੈ ਕੋਈ ਕੋਈ ਮਿਸ਼ਨ ਹੈ ਹਾਂ ਤਾਂ ਸੀ ਯਾਰ ਯੂਸੀ ਲਾਓ ਮਿਲ ਜਾਣੀ ਹੈ ਮਿਸ਼ਨ ਹੈਗਾ ਮਿਸ਼ਨ ਕੀ ਹੈ ਤਾਂ ਪੈਸੇ ਨੇ ਨਾ ਹੁਣ ਪਤਾ ਕੀ ਰਿਪੇਅਰ ਰਿਪੂਰ ਕਰਾ ਕੇ ਲਿਆਓ ਲੱਤਾਂ ਵਾਹਾਂ ਫਿਰ ਤੋੜ ਦਾਂਗੇ ਮੈਂ ਪੁੱਛਦਾ ਲੈਂਬੋ ਠੀਕ ਖੜੀ ਹੈ ਹਾਂ ਮੈਂ ਠੀਕ ਖੜੀ ਹਾਂ ਚਲੋ ਹੋਰ ਸਹੀ ਹੈ ਓ ਆ ਜਾਓ ਪਾ ਰਹੀ ਇਹਦਾ ਪੜਾਈ ਮਾ ਲਊਗਾ ਜੇ ਲੈਂਬੋ ਨਹੀਂ ਮਿਲੀ ਕਿੱਥੇ ਚਲੇ ਦੇ ਯਾਰ ਬਾਹਰ ਕੋਈ ਸਕੂਟਰ ਲੈ ਕੇ ਗਿਆ ਤੇ ਮੈਂ ਸੋਚ ਰਿਹਾ ਗੇਮ ਚ ਆ ਗਿਆ ਕੋਈ ਓ ਪਾਪਾ ਵਾਟ ਦ ਹੈਲ ਕਰਨ ਉਹ ਬੰਦਾ ਕਿਤਨਾ ਕਿਤੋਂ ਉਹ ਕਰਨਗੇ ਉਹਨਾਂ ਉੱਪਰ ਜੋਨ ਆਉਣਾ ਉਹ ਆਪਣੀ ਜੋਨ ਚੱਲ ਚੱਲ ਜੋਨ ਚੱਲੀ ਆਪਾਂ ਗਲਤੀ ਕਰ ਲਈ ਲੈਂਬੋ ਚ ਲੈਂਬੋ 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 ਹੈਂਬੋ ਹੈਂਬੋ ਲਈ ਹੈਂਬੋ ਕੋ ਚਲ ਚਲ ਚਲੋ ਘੁਮਾ ਦੇ ਬਾਪੂ ਉਹ ਦੇਖੋ ਪਿੱਛੋ ਬੂਸਟ ਚਲ ਚਲ ਤੂੰ ਚਲਾ ਬੂਸਟ ਨਾ ਬੂਸਟ 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 ਉਹ ਤਾਂ ਜੋਨ ਦੇ ਬਾਹਰ ਰਹਿ ਗਏ ਆ ਵਿਚਾਰੇ ਮਰ ਗਏ ਉਹ ਦੇਖੋ ਬੂਸਟ ਮਾਰ ਦਿਆ ਮੜ ਜਾ ਘੁਮਾ ਇਹਨੂੰ ਕਰੀਏ ਜੋਨ ਦੇ ਇਧਰ ਨੂੰ ਘੁਮਾ ਲੈ ਨਾ ਰਹਿਣ ਮਾਰਕ ਟੂ ਲੋਕੇਸ਼ਨ ਮੈਨੂੰ ਆਪਦੀ ਗੱਡੀ ਨਹੀਂ ਪਹੁੰਚਣੀ ਉਹਨੇ ਮੈਂ ਮਾਰ ਤਾ ਉਹਨੂੰ ਦਿੰਦਾ ਬੰਦੇ ਹੋਣਗੇ ਪਹਿਲਾਂ ਦੱਸ ਰਹੇ ਚੱਲ 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 ਜ਼ੋਨ ਸ਼ਿਫਟ ਹੋ ਗਿਆ ਘੁੰਮ ਜਾ ਇੱਧਰ ਘੁੰਮ ਜਾ ਇੱਧਰ ਮਾਰਕ ਟੂ ਲੋਕੇਸ਼ਨ ਚੱਲ ਕੋਈ ਜਗ੍ਹਾ ਹੀ ਨਹੀਂ ਹੈਗੀ ਮਰ ਕੇ ਓਏ ਮੇਰੇ ਕੋਲ ਕਾੜੀ ਆ
ਜੀ ਉਹ ਵਾਪਸ ਆ ਰਿਹਾ ਹੋਊਗਾ ਬੰਦਾ ਉਹ ਭੱਜਿਆ ਵਜੋਂ ਦੇ ਬਾਹਰੋਂ ਫਸਟ ਆਵਰ ਜਾ ਰਿਹਾ ਫਸਟ ਆਵਰ ਨਹੀਂ ਆ ਰਿਹਾ ਫ੍ਰਿਜ ਤੇ ਪਾਰ ਬੈਠਾ ਯਾਰ ਮੈਂ ਅਫਸੋਸ ਮੈਨੂੰ ਅਫਸੋਸ ਹੈ ਵੀ ਪੈਟਰੋਲ ਵੀ ਨਹੀਂ ਲਾਣਾ ਆਪਾਂ ਨੂੰ ਐਂਡ ਚ ਉਹਨੂੰ ਐਜ਼ ਅ ਕਵਰ ਯੂਜ਼ ਕਰਨਾ ਪੈਣਾ ਫੋੜ ਕੇ ਕਰ ਲਾਂਗੇ ਫਿਰ ਯਾਰ ਡ੍ਰੌਪ ਹੈ ਸਾਹਮਣੇ ਚਲ ਇੱਕ ਵਾਰ ਚਲਾਉਣ ਨੂੰ ਮਿਲੀ ਕੋਈ ਤਾਂ ਐਕਸਪੀਰੀਅੰਸ ਬਣਿਆ ਆਪਾਂ ਬਾਬਾ ਦੇਖ ਲਓ ਇਹਦੀ ਸਪੀਡ ਵੀ ਜ਼ਿਆਦਾ ਹੁੰਦੀ ਹੈ ਲੈਂਬੋ ਦੀ ਨਹੀਂ ਨਹੀਂ ਵਧੀਆ ਗੱਡੀ ਮਜ਼ਾ ਆਇਆ ਚਲਾ ਕੇ ਗੇਮ 'ਚ ਤਾਂ ਫਨ ਹੈ ਹਾਂ ਤਾਂ ਉਹਨਾਂ ਨੂੰ ਦੇਣੇ ਚਾਹੀਦੇ 2-4 ਹਜ਼ਾਰ 'ਚ ਹੈਂ ਯਾਰ ਇੰਨੇ ਇੰਨੇ ਪੈਸੇ 10,000 ਬਸ ਠੀਕ ਹੈ ਬਾਬਾ 10,000 ਉਹਨਾਂ ਵੀ ਨਹੀਂ ਹੁੰਦਾ ਠੀਕ ਹੈ ਲੋ ਬਾਬਾ ਪਤਾ ਕਿੰਨੇ ਲੱਖਾਂ ਯੂਸੀ ਦਾ ਡਿਸਕਾਊਂਟ ਮਿਲ ਰਿਹਾ ਆਪਾਂ ਨੂੰ ਠੀਕ ਹੈ ਹੁਣ ਜੇ ਆਪਾਂ ਡਰਾ ਤੋਂ ਕਰਦੇ ਤਾਂ ਪਤਾ ਨਹੀਂ ਕਿੰਨੇ ਯੂਸੀ ਰੱਖਦੇ ਆਪਾਂ ਇਹ ਕਰ ਰਹੇ ਹਾਂ ਨਾ ਹੈ ਤਾਂ 10,000 'ਚ ਮਿਲ ਰਹੀ ਹੈ ਲੱਖਾਂ ਯੂਸੀ ਦਾ ਆਪਾਂ ਨੂੰ ਡਿਸਕਾਊਂਟ ਹੁਣ 17 ਤਰੀਕ ਨੂੰ ਹੋਣਾ ਨਾ ਬੈਟਲ ਪਾਸ ਹਾਂ ਹਾਂ 17 ਤਰੀਕ ਨੂੰ ਹਾਂ ਹਾਂ ਕਿਹੜੀ 17 ਤਰੀਕ ਨੂੰ ਇਹ ਵਾਲੀ ਹਾਂ ਨਹੀਂ ਇਹ ਇਹ ਵਾਲੇ ਮੰਥ 'ਚ ਕਰਨ ਬੰਦੇ ਸਿਰਫ ਰਹਿ ਗਏ ਨਹੀਂ ਆਹੀ ਵਾਲੇ ਮੰਥ 'ਚ ਪਤਾ ਨਹੀਂ ਉਹ ਕਹਿ ਰਿਹਾ ਸੀ ਯਾਰ ਪਾਪਾ ਆਹੀ ਵਾਲੇ ਉੱਪਰ ਨਹੀਂ ਚੜਨਾ ਕਰਨ ਉੱਪਰ ਨਹੀਂ ਚੜਨਾ ਦੂਰੋਂ ਦੇਖ ਅਗਲੇ ਮੰਥ 'ਚ ਆ ਫਿਰ ਉਦੋਂ ਅਗਲੇ ਮੰਥ 'ਚ ਆਉਣਾ ਹੈ ਆਏ ਨਹੀਂ ਪਾਪਾ ਬੰਦੇ 4 ਰਹਿ ਗਏ ਸਕੁਆਡ ਹੋ ਸਕਦਾ ਬਸ ਮੇਰੀ ਲੈਂਬੋ ਪਿਆਰੀ ਜੀ ਮਰੇ ਪਰ ਦੇਖੋ ਤਾਂ ਇੱਕ ਵਾਰ ਦੇਖੋ ਤਾਂ ਇਹਨੂੰ ਦੇਖੋ ਲੈਂਬੋ ਨੂੰ ਹੈ ਸਾਈਡ ਤੇ ਸਪੀਕਰ ਲਾ ਰੱਖੇ ਨੇ ਹੋ ਗਈ ਹੋ ਗਈ ਹੋ ਗਈ ਹੋ ਗਈ ਉੱਪਰ ਕੱਢੀ ਚ ਤੂੰ ਬੰਦੇ ਸਕੈਨ ਕਰ ਆ ਏਰੀਆ ਸਾਰਾ ਸਕੈਨ ਕਰ ਪਿੱਛੇ ਮੈਂ ਦੇਖਦਾ ਹਾਂ ਮਾਰਕ ਦਿ ਲੋਕੇਸ਼ਨ ਜਿਹੜਾ ਬੰਦਾ ਪਿੱਛੋਂ ਭੱਜ ਆ ਰਿਹਾ ਸੀ ਉਹ ਵੀ ਤਾਂ ਉਰੀ ਆਊਗਾ ਪੇ ਵਿੱਚ ਫਿਰ ਜਾਵੇ ਉਹ ਆਇਆ ਨਹੀਂ ਇੱਥੇ ਕਿ ਮਰ ਕੇ ਜਾਉਂਦੇ ਬਾਹਰ ਯਾਰੀ ਲੈਟਸ ਗੋ ਉੱਪਰ ਗੱਡੀ ਚ ਅੱਡੀ ਕਰਨ ਦੇ ਸਾਨੂੰ ਯਾਰ ਉਹ ਆਏ ਨਹੀਂ ਭੱਜ ਗਏ ਅਗਲੇ ਮੈਂ ਨਾਲ ਚਲ ਚਲ ਲੈਂਬੋ ਚੱਕ ਕਿੱਲੀਏ ਉਹ ਤਾਂ ਠੀਕ ਹੈ ਮੈਂ ਉਹ ਮੈਚ ਕੱਲਾ ਕੱਲਾ ਵਗਰ ਤਾਂ ਠੀਕ ਹੈ ਚਲ ਲਾ ਲਈ ਕੋਈ ਨਾ ਕੱਲਾ ਲਾ ਲੈ ਬਿਲਕੁਲ ਐਂਡ ਜਾ ਤੈਨੂੰ ਬਹੁਤ ਕਰਦੀ ਹੈ ਇਹ ਬੰਦੇ ਉੱਥੇ ਮਿਲਣਗੇ ਤੈਨੂੰ ਕਿਉਂਕਿ ਮੈਂ ਤੈਨੂੰ ਪਹਿਲੇ ਸਹੀ ਉਹ ਚੱਲ ਸਾਹਮਣੇ ਗੱਡੀ ਚੱਲ ਵੀ ਪਿੱਛੇ ਲਾ ਇਹਨਾਂ ਦੇ ਮਾਰੋ ਖਤਮ ਖਤਮ